ਲਾਲ ਕੋ ਪਿਆ ਪਾਣੀ ਦੇ ਦੋ ਕਿੰਨਾਵਾਂ ਜੱਥਾ ਤੁਹਾਡੇ ਵੱਲੋਂ ਦਿੱਲੀ ਕੂਚ ਕਰਨ ਜਾ ਰਿਹਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਿਆਸ ਪੁਲ ਤੋਂ 19ਵਾਂ ਜੱਥਾ ਜਿਹੜਾ ਵਾ ਦਿੱਲੀ ਵੱਲ ਨੂੰ ਕੂਚ ਕਰਨ ਜਾ ਰਿਹਾ ਜਿਹਦੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਮਤਾਵਾਂ ਭੈਣਾਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ 20ਵਾਂ ਜੱਥਾ ਵੀ 13 ਨੂੰ ਇੱਥੋਂ ਸ਼ੁਰੂ ਹੋਊਗਾ ਜਦੋਂ ਤੱਕ ਖੇਤੀ ਦੇ ਕਾਨੂੰਨ ਨਹੀਂ ਰੱਦ ਕਰਾ ਲੈਂਦੇ MSP ਦਾ ਗਰੰਟੀ ਵਾਲਾ ਕਾਨੂੰਨ ਬਿਜਲੀ ਸੋਧ ਬਿੱਲ ਤਾਂ ਪੋਲੂਸ਼ਨ ਵਾਲਾ ਐਕਟ ਰੱਦ ਨਹੀਂ ਕਰਾਉਂਦੇ ਜਾਂ ਝੂਠੇ ਪਾਏ ਕੇਸ ਵਾਪਸ ਨਹੀਂ ਕਰਾਉਂਦੇ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਡੀਜ਼ਲ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਤਸ਼ਾਤਾ ਵਧੀਆ ਨੇ ਉਹਦੇ ਖਿਲਾਫ 8 ਨੂੰ ਪੂਰੇ ਦੇਸ਼ ਵਿੱਚ ਪ੍ਰੋਗਰਾਮ ਕੀਤੇ ਜਾਣੇ ਪੂਰੇ ਜ਼ੋਰ ਨਾਲ ਇਹਦਾ ਵਿਰੋਧ ਕਰਾਂਗੇ ਸਰਕਾਰ ਨੂੰ ਕਹਾਂਗੇ ਵੀ ਇਹ ਪੈਟਰੋਲ ਨੂੰ ਜਿਹੜਾ ਡੀਕੰਟਰੋਲ ਕੀਤਾ ਆਪਣੇ ਹੱਥਾਂ 'ਚ ਲੈ ਕੇ ਟੈਕਸ ਘੱਟ ਕਰਕੇ 50% ਰਿਲੀਫ ਕਿਸਾਨਾਂ ਨੂੰ ਜਿਹੜੀ ਆ ਉਹ ਦਿੱਤੀ ਜਾਵੇ ਕੇਂਦਰ ਦੀ ਸਰਕਾਰ ਦੀ ਨੀਅਤ ਅਤੇ ਨੀਤੀ ਖੋਟੀ ਆ ਗੱਲ ਨਹੀਂ ਕਰਨਾ ਚਾਹੁੰਦੇ ਸਾਡੇ ਨਾਲ ਠੀਕ ਆ ਸਾਡਾ ਲੋਕਤੰਤਰ 'ਤੇ ਵਿਸ਼ਵਾਸ ਆ ਜੇ ਦੇਸ਼ 'ਤੇ ਕਿਸਾਨ ਦੀ ਆਵਾਜ਼ ਸੁਣੀ ਨਹੀਂ ਜਾਣੀ ਤਾਂ ਪਹਿਲਾਂ ਵੀ ਭਾਜਪਾ ਨੂੰ ਸਜ਼ਾ ਦਿੱਤੀ ਆ ਲੋਕਾਂ ਨੇ ਉਹਨਾਂ ਨੂੰ ਸੱਤਾ ਤੋਂ ਹੱਥ ਧੋਣੇ ਪਏ ਬਹੁਤ ਸਾਰੇ ਸੂਬਿਆਂ 'ਚ ਅਤੇ ਅੱਗੇ ਵੀ ਧੋਣੇ ਪੈਣਗੇ ਅਤੇ ਕੇਂਦਰ ਤੋਂ ਵੀ ਹੱਥ ਧੋਣਗੇ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਆ ਲੋਕਾਂ ਨੂੰ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਅੰਤ ਨੂੰ ਅਸਲ ਵਿੱਚ ਲੋਕਾਂ ਦੀ ਜਿੱਤ ਹੋਣੀ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਗੱਲਬਾਤ ਲਈ ਗੱਲ ਕਰਨਗੇ ਤੇ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਨੂੰ ਅਸੀਂ ਮੋਰਚਾ ਲਈ ਚਿੱਠੀ ਭੇਜੀ ਇਸ ਤੋਂ ਬਾਅਦ ਵੀ ਗੱਲਬਾਤ ਦਾ ਸਿਲਸਿਲਾ ਦੇਖੋ ਸਰਕਾਰ ਦੀ ਇਹ ਝੂਠੀ ਗੱਲ ਆ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹਾਂ ਗੱਲਬਾਤ ਖੇਤੀ ਕਾਨੂੰਨਾਂ ਦੇ ਰੱਦ ਕਰਨ ਵਾਲੇ ਏਜੰਡੇ 'ਤੇ ਹੋਊਗੀ ਸਰਕਾਰ ਗੱਲ ਕਰਨਾ ਨਹੀਂ ਚਾਹੁੰਦੀ ਉਹਨਾਂ ਦੀ ਮਰਜ਼ੀ ਮੇਰਾ ਨਾਂ ਕੁਲਬੀਰ ਸਿੰਘ ਪਿੰਡ ਲੋਪੋਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਜੋਨ ਸਕੱਤਰ ਦਾ ਜੋਨ ਸਕੱਤਰ ਨਾਲ ਜੋਨ ਚਗਾਵਾਂ ਦਾ ਜੀ ਅੱਜ ਕਿੰਨਵਾਂ ਜੱਥਾ ਤੁਹਾਡੇ ਵੱਲੋਂ ਦਿੱਲੀ ਕੂਚ ਕਰਨ ਜਾ ਰਿਹਾ ਸਾਡੇ ਪਿੰਡ ਦਾ ਵੈਸੇ ਜਿਹੜਾ ਨਾ ਆਪਣੇ ਪਿੰਡ ਦਾ ਅਸੀਂ ਪਿੰਡ ਦੀ ਗੱਲ ਕਰੀਏ ਅਸੀਂ ਆਪਣੇ ਪਿੰਡ ਦੇ ਵਿੱਚੋਂ ਪੰਜਵੀਂ ਵਾਰ ਚੱਲੇ ਹਾਂ ਉਹਦਾ ਵੈਸੇ ਉਹਦੇ ਨਾਲ ਜਿਹੜਾ ਆ ਇਹ ਜੱਥਾ ਅੱਜ 15-16 ਜੱਥਾ ਵੇਖੋ ਜੀ ਇੱਕ ਕਹਿ ਲਓ ਨਾ ਜਦੋਂ ਕਿਸੇ ਬੰਦੇ ਨੂੰ ਸਮਝ ਨਾ ਆਵੇ ਹੁਣ ਮੋਦੀ ਨੂੰ ਸਮਝ ਨਹੀਂ ਮੋਦੀ ਤਾਂ ਅਸੀਂ ਕਹਾਂਗੇ ਕੋਮਾ 'ਚ ਚਲਾ ਗਿਆ ਜਿਵੇਂ ਬੋਲਤੀ ਬੰਦ ਹੋ ਗਈ ਉਹਦੀ ਉਹਨੇ ਪਹਿਲਾਂ ਬੜਾ ਕੁਝ ਕਹਿ ਕੇ ਵੇਖ ਲਿਆ ਕਹਿੰਦਾ ਅੱਤਵਾਦੀ ਆ ਜੀ ਇਹ ਵੱਖਵਾਦੀ ਆ ਉਹ ਵੀ ਕਹਿ ਕੇ ਵੇਖ ਲਿਆ ਉਹਨੇ ਕਾਨੂੰਨ ਚੰਗੇ ਵੀ ਕਹਿ ਕੇ ਵੇਖ ਲਏ ਉਸ ਤੋਂ ਬਾਅਦ ਉਹਨੇ ਇਹ ਵੀ ਕਹਿਤਾ ਵੀ ਇਹ ਜੀ ਜਿਹੜਾ ਅਸੀਂ ਰੋਜ਼ ਸੋਧ ਕਰ ਦਿੰਦੇ ਹਾਂ ਥੋੜ੍ਹਾ ਚਿਰ ਵਾਸਤੇ ਰੋਕ ਲਗਾ ਦਿੰਦੇ ਹਾਂ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹਦੀਆਂ ਬੈਕਫੁੱਟ 'ਤੇ ਆਉਂਦੀਆਂ ਨੇ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਉਹ ਜਿਹੜੀ ਸਰਕਾਰ ਇਸ ਵੇਲੇ ਉਹਨੂੰ ਸਮਝ ਨਹੀਂ ਆ ਰਹੀ ਵੀ ਉਹ ਸਭ ਕੁਝ ਕਰਕੇ ਵੇਖ ਲਿਆ ਸਭ ਕੁਝ ਜਿਵੇਂ ਦਬਾਅ ਬਣਾ ਕੇ ਵੇਖ ਲਿਆ ਬਦਨਾਮ ਕਰਕੇ ਵੇਖ ਲਿਆ ਪਰ ਹੁਣ ਉਹ ਸਮਝ ਨਹੀਂ ਆ ਰਹੀ ਵੀ ਹੁਣ ਮੈਂ ਕਰਾਂ ਕੀ ਇਸ ਕਰਕੇ ਉਹਦੀ ਬੋਲਤੀ ਬੰਦ ਹੋ ਚੁੱਕੀ ਆ ਉਹ ਕੋਮਾ 'ਚ ਜਾ ਚੁੱਕਾ ਜੀ ਵੇਖੋ ਜੀ ਪਤਾ ਗੱਲ ਕੀ ਵੇਖੋ ਗੱਲ ਜੇ ਵੀ ਜਿਹੜਾ ਸੰਘਰਸ਼ ਆ ਨਾ ਇਹ ਸੰਘਰਸ਼ ਅਸੀਂ ਕਿਸੇ ਜਾਣੀ ਕਿ ਕੁਰਸੀ ਵਾਸਤੇ ਨਹੀਂ ਲੜ ਰਹੇ ਜਾਂ ਕਿਸੇ ਜਾਇਦਾਦ ਅਸੀਂ ਤਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਜਦੋਂ ਆਪ ਮਨੁੱਖ ਆਪਣੀ ਹੋਂਦ ਦੀ ਲੜਾਈ ਲੜਦਾ ਨਾ ਉਹਦੇ ਵਾਸਤੇ ਕੋਈ ਸਮਾਂ ਮਹੀਨੇ ਨਹੀਂ ਰੱਖਦਾ ਕਿਉਂਕਿ ਸਾਡੇ ਵੱਡਿਆਂ ਵਡੇਰਿਆਂ ਨੇ ਘੋੜਿਆਂ ਦੀਆਂ ਕਾਠੀਆਂ ਉੱਤੇ ਬਹਿ ਕੇ ਆਪਣੀ ਹੋਂਦ ਵਾਸਤੇ ਲਗਾਤਾਰ ਸਾਲਾਂ ਬਧੀ ਜਿਹੜਾ ਆ ਸੰਘਰਸ਼ ਕੀਤਾ ਅਤੇ ਸਾਡੇ ਵਾਸਤੇ ਵੀ ਕਿ ਅਸੀਂ ਉਹਨਾਂ ਦੇ ਵਿੱਚ ਸਾਡਾ ਖੂਨ ਉਹਨਾਂ ਦਾ ਖੂਨ ਸਾਡੇ ਵਿੱਚ ਆ ਇਸ ਕਰਕੇ ਅਸੀਂ ਸੋਚਦੇ ਹਾਂ ਵੀ ਅਸੀਂ ਵੀ ਇਸੇ ਤਰ੍ਹਾਂ ਲਗਾਤਾਰ ਲੜਾਈ ਲੜਾਂਗੇ ਜਦ ਤੱਕ ਮੋਦੀ ਮੰਨਦਾ ਨਹੀਂ ਕਿਉਂਕਿ ਮੋਦੀ ਦੀ ਮਜਬੂਰੀ ਹੋ ਸਕਦੀ ਹੈ ਕੋਈ ਪਰ ਸਾਡੀ ਤਾਂ ਹੋਂਦ ਦੀ ਲੜਾਈ ਇਸ ਕਰਕੇ ਸਾਨੂੰ ਲੜਨੀ ਪੈਣੀ ਸਾਡਾ ਮੇਰਾ ਨਾਮ ਨਰਾਜ ਸਿੰਘ ਹੈ ਜੀ ਪਿੰਡ ਵੱਲਾ ਆ ਅਤੇ ਜੋਨ ਸਕੱਤਰ ਹੈ ਬਾਬਾ ਨੌ ਸਿੰਘ ਇਹ ਸਾਡਾ 19ਵਾਂ ਜਥਾ ਆ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਅੱਜ ਦਿੱਲੀ ਨੂੰ ਰਵਾਨਾ ਹੋ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੇਖੋ ਸਰਕਾਰ ਜਿਹੜੀ ਆ ਉਹ ਆਪਣੀ ਅੜੀ 'ਤੇ ਆ ਅਤੇ ਜਿਹੜੇ ਕਿਸਾਨ ਆ ਜਿਹੜਾ ਅੰਨਦਾਤਾ ਵਾ ਉਹਨਾਂ ਦੀ ਸੁਣਵਾਈ ਜਿਹੜੀ ਆ ਸਰਕਾਰ ਨਹੀਂ ਕਰ ਰਹੀ ਸਮਾਂ ਆਊਗਾ ਇਹ ਸਰਕਾਰ ਨੂੰ ਝੁੱਕ ਕੇ ਝੁਕਾ ਕੇ ਫਿਰ ਅਸੀਂ ਆਪਣਾ ਅੰਦੋਲਨ ਖਤਮ ਕਰਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਜਥੇ ਲਗਾਤਾਰ ਇੱਦਾਂ ਰਵਾਨਾ ਹੁੰਦੇ ਰਹਿਣਗੇ ਪਹਿਲਾਂ ਵੀ ਲਗਾਤਾਰ ਅੱਜ ਅਸੀਂ 19ਵੇਂ ਜਥੇ 'ਚ ਆ ਗਏ ਹਾਂ 7 ਮਹੀਨੇ ਸਾਡੇ ਅੰਦੋਲਨ ਤੋਂ 7 ਤੋਂ ਉੱਪਰ ਹੋ ਚੁੱਕਾ ਆ ਇਹ ਅੰਦੋਲਨ ਇੱਦਾਂ ਹੀ ਜਾਰੀ ਰਹੂਗਾ ਚਾਹੇ ਸਾਨੂੰ 2024 ਤੱਕ ਲੜਨਾ ਪਵੇ ਰਹਿੰਦਾ ਸੰਘਰਸ਼ ਜਿਹੜਾ ਵਾ ਉਹ ਕਾਨੂੰਨ ਰੱਦ ਕਰਵਾ ਕੇ ਵਾਪਸ ਲੈ ਜਾਓ ਵੇਖੋ ਸਰਕਾਰ ਡੀਜ਼ਲ ਅਤੇ ਪੈਟਰੋਲ ਮਹਿੰਗਾਈ ਬੇਸ ਇਹ ਆ ਕੋਈ ਵੀ ਆਪਣੀ ਸਮਾਨ ਹੈ ਜਿਹੜਾ ਉਹ ਵਾਇਆ ਟਰਾਂਸਪੋਰਟ ਹੀ ਆਉਣਾ ਹੁੰਦਾ ਆ ਜੇ ਡੀਜ਼ਲ
ਤੇਲ ਪੈਟਰੋਲ ਦੇ ਦਾਮ ਵਧਣਗੇ ਤਾਂ ਮਹਿੰਗਾਈ ਆਟੋਮੈਟਿਕਲੀ ਜਿਹੜੀ ਆ ਉਹ ਵਧੂਗੀ ਅਤੇ ਜਿਹੜਾ ਸਰੋਂ ਦਾ ਤੇਲ ਆ ਤੁਸੀਂ ਵੇਖ ਹੀ ਸਕਦੇ ਵੱਡੇ ਘਰਾਣਿਆਂ ਨੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੇ ਸਰੋਂ ਸਾਰੀ ਖਰੀਦ ਲਈ ਆ ਅਤੇ ਕੋਹਲੂ ਵਾਲਿਆਂ ਨੂੰ ਨੋਟਿਸ ਆ ਗਏ ਆ ਇਹ ਸਰਕਾਰ ਦੀਆਂ ਜਿਹੜੀ ਮੰਸ਼ਾ ਵੱਡੇ ਘਰਾਣਿਆਂ ਨੂੰ ਸਭ ਕੁਛ ਦੇਣ ਦੀ ਉਹ ਜਿਹੜੇ ਆਪਣੇ ਸਰੋਂ ਦੇ ਤੇਲ ਤੋਂ ਸ਼ੁਰੂ ਹੋ ਚੁੱਕੀ ਆ ਅਤੇ ਡੀਜ਼ਲ ਪੈਟਰੋਲ ਜਿਹੜਾ ਵਾ ਉਹ 100 ਦੇ ਡੀ ਪੈਟਰੋਲ ਜਿਹੜਾ 100 ਤੋਂ ਪਲੱਸ ਹੋ ਚੁੱਕਾ ਅਤੇ ਡੀਜ਼ਲ ਵੀ 90 ਤੋਂ ਪਲੱਸ ਹੋ ਚੁੱਕਾ ਇਹ ਸਰਕਾਰ ਜਿਹੜੀ ਆ ਮਹਿੰਗਾਈ ਲੋਕਾਂ ਨੂੰ ਦੱਬ ਕੇ ਕੁਝ ਲੱਗੇ ਖਤਮ ਕਰਨਾ ਚਾਹੁੰਦੀ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਸਭ ਕੁਛ ਦੇਣਾ ਚਾਹੁੰਦੀ ਆ ਇਹ ਸਰਕਾਰ ਦੀ ਮੰਸ਼ਾ ਮਹਿੰਗਾਈ ਸਰਕਾਰ ਜਿਹੜੀ ਆ ਉਹ ਜਿਹੜੀ ਸਭ ਤੋਂ ਵੱਧ ਏਸ਼ੀਆ ਦਾ ਮਹਿੰਗਾ ਤੇਲ ਅੱਜ ਭਾਰਤ 'ਚ ਆ ਇਹ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਾਮਯਾਬ ਕਰਨ ਦੀਆਂ ਅਤੇ ਛੋਟੇ ਜ਼ਿਮੀਂਦਾਰ ਅਤੇ ਛੋਟੇ ਵਪਾਰੀਆਂ ਨੂੰ ਖਤਮ ਕਰਨ ਦੀ ਸਰਕਾਰ ਦੀਆਂ ਚਾਲਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਦੀਪ ਸਿੰਘ, ਨਗਰ ਚਾਚੂਵਾਲੀ, ਜ਼ਿਲ੍ਹਾ ਅੰਮ੍ਰਿਤਸਰ, ਜੋਨ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਸ਼ਮੂਲੀਅਤ ਕੀਤੀ ਆ। ਸਾਡੇ ਨਗਰ ਤੋਂ ਕੋਈ 25 ਸਿੰਘ ਦਿੱਲੀ ਨੂੰ ਰਵਾਨਾ ਹੋਣ ਵਾਸਤੇ ਆਏ ਹਨ। ਜਿਹੜੇ ਕਾਲੇ 3 ਕਾਨੂੰਨ ਹਨ ਮੋਦੀ ਨੇ ਥਾਪੇ, ਉਹਨੂੰ ਰੱਦ ਕਰਾਉਣ ਵਾਸਤੇ ਅੱਜ ਨਗਰ ਚਾਚੂਵਾਲੀ ਤੋਂ ਸਰਦਾਰ ਸਰਵਣ ਸਿੰਘ ਜੀ ਭੰਦੇਰ ਉਹਦੀ ਅਗਵਾਈ ਦੇ ਵਿੱਚ ਜਥਾ ਜਿਹੜਾ ਇਹ ਦਿੱਲੀ ਨੂੰ ਰਵਾਨਾ ਹੋ ਰਿਹਾ ਹੈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਇਹ ਦੇਸ਼ ਨੂੰ ਯਾਦ ਕਰਾਉਣ ਵਾਸਤੇ ਕੇਵਲ ਅਤੇ ਕੇਵਲ ਪੰਜਾਬੀਆਂ ਦੀਆਂ ਸਿੱਖਾਂ ਦੀਆਂ 76% ਕੁਰਬਾਨੀਆਂ ਹਨ। ਕਈ ਵਾਰ ਮੈਨੂੰ ਇੰਝ ਲੱਗਦਾ ਹੈ ਕਿ ਜਾਂ ਤਾਂ ਮੋਦੀ ਨੇ ਪੰਜਾਬੀਆਂ ਦਾ ਇਤਿਹਾਸ ਨਹੀਂ ਪੜ੍ਹਿਆ ਜਾਂ ਸਿੱਖਾਂ ਦਾ ਇਤਿਹਾਸ ਨਹੀਂ ਪੜ੍ਹਿਆ, ਜੇ ਪੜ੍ਹਿਆ ਤਾਂ ਉਹਨੂੰ ਵਿਚਾਰਿਆ ਨਹੀਂ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੇਵਲ ਪੰਜਾਬੀਆਂ ਨੇ ਹੀ 76% ਕੁਰਬਾਨੀਆਂ ਕੀਤੀਆਂ ਹਨ। ਸੋ ਅੱਜ ਜਿਹੜੇ 3 ਕਾਲੇ ਕਾਨੂੰਨ ਮੋਦੀ ਸਰਕਾਰ ਨੇ ਥਾਪੇ ਹਨ, ਸੋ ਪੰਜਾਬ ਹਮੇਸ਼ਾ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਮੋਹਰੀ ਰਿਹਾ ਹੈ। ਅੱਜ ਵੀ ਉਸੇ ਤਰ੍ਹਾਂ ਇਹ ਸੰਘਰਸ਼ ਜਿਹੜਾ ਵਾ ਸਾਡਾ ਚੱਲਦਾ ਰਹੂਗਾ, ਕਿਉਂਕਿ ਪੰਜਾਬ ਹਮੇਸ਼ਾ ਹੀ ਸੰਘਰਸ਼ ਕਰਦਾ ਆ ਰਿਹਾ ਹੈ, ਅੰਦੋਲਨ ਕਰਦਾ ਆ ਰਿਹਾ ਹੈ। ਜੇ ਅੱਜ ਤੋਂ ਪੁਰਾਣੇ ਇਤਿਹਾਸ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਵੀ ਅੰਦੋਲਨ ਕੀਤੇ, ਉਹਦਾ ਨਿੱਘ ਸਾਡੇ ਦਾਦਿਆਂ ਨੇ ਸਾਡੇ ਸੰਘਰਸ਼ ਕੀਤੇ, ਉਹਦਾ ਨਿੱਘ ਸਾਡੇ ਫਾਦਰਾਂ ਨੇ ਮਾਣਿਆ, ਸਾਡੇ ਫਾਦਰਾਂ ਨੇ ਸੰਘਰਸ਼ ਕੀਤੇ, ਉਹਦਾ ਨਿੱਘ ਉਹਦੀ ਆਜ਼ਾਦੀ ਅਸੀਂ ਮਾਣੀ। ਸੋ ਅਸੀਂ ਇਹ ਅੱਜ ਸੰਘਰਸ਼ ਕਰਾਂਗੇ, ਆਉਣ ਵਾਲੀ ਪੀੜ੍ਹੀ, ਆਉਣ ਵਾਲੀ ਜਨਰੇਸ਼ਨ ਉਹਦਾ ਜਿਹੜਾ ਨਿੱਘ ਆ ਉਹ ਮਾਣੂਗੀ, ਕਿਉਂਕਿ ਕੁਰਬਾਨੀਆਂ ਕਰਨੀਆਂ ਪੈਂਦੀਆਂ, ਬਿਨਾਂ ਕੁਰਬਾਨੀਆਂ ਤੋਂ ਕਦੀ ਵੀ ਕੋਈ ਜਿਹੜਾ ਵਾ ਮਸਲਾ ਹੱਲ ਨਹੀਂ ਹੋ ਸਕਦਾ। ਸੂਰਾ ਸੋ ਪਸਹਿਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਇਹ ਜਿਹੜੇ ਮੋਦੀ ਨੇ 3 ਕਾਨੂੰਨ ਸਾਡੇ ਖਿਲਾਫ ਥਾਪੇ ਹਨ, ਜਾਂ ਤਾਂ ਉਹ ਰੱਦ ਕਰ ਲਵੇ, ਜੇਕਰ ਉਹ ਰੱਦ ਨਹੀਂ ਕਰਦਾ ਤਾਂ ਇਹ ਸਾਡਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਵੱਧ ਤੋਂ ਵੱਧ ਅਸੀਂ ਦਿੱਲੀ ਨੂੰ ਰਵਾਨਾ ਹੋਵਾਂਗੇ, ਇਹ ਮੋਦੀ ਨੂੰ ਇਹ ਚੀਜ਼ ਦਾ ਪਤਾ ਲੱਗ ਜੂਗਾ ਵੀ ਪੰਜਾਬ ਅੱਜ ਤੱਕ ਕਿਸੇ ਦੇ ਅੱਗੇ ਝੁਕਿਆ ਨਹੀਂ, ਨਾ ਝੁਕੇਗਾ। ਇਹਨੂੰ ਇਹ 3 ਕਾਨੂੰਨ MSP ਲਾਗੂ ਕਰਨੀ ਪਊਗੀ, ਕਾਨੂੰਨ ਰੱਦ ਕਰਨੇ ਪੈਣਗੇ। ਸੋ ਮੈਂ ਆਮ ਸੰਗਤਾਂ ਨੂੰ ਵੀ ਬੇਨਤੀ ਕਰਨਾ ਹੈ ਕਿ ਵੱਧ ਤੋਂ ਵੱਧ ਦਿੱਲੀ ਨੂੰ ਕੂਚ ਕਰੀਏ, ਮੋਦੀ ਨੂੰ ਇਸ ਚੀਜ਼ ਦਾ ਡਰ ਹੋਵੇ ਕਿ ਪੰਜਾਬ ਜਿਹੜਾ ਹਮੇਸ਼ਾ ਸੰਘਰਸ਼ ਕਰਨ ਦੇ ਵਿੱਚ ਮੋਰੀ ਰਿਹਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।